ਪਿਛਲੇ ਦਿਨੀ ਆਸਟ੍ਰੇਲੀਆ 'ਚ ਕੁਝ ਅਜੀਬਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਦਰਅਸਲ ਆਸਟ੍ਰੇਲੀਆ 'ਚ ਇੱਕ ਸਾਨ ਦਾ ਸੀਮਨ 24000 ਡਾਲਰ ਯਾਨੀ ਕਰੀਬ 20 ਲੱਖ ਰੁਪਏ ਵਿੱਚ ਵਿਕਿਆ ਇੰਨਾ ਹੀ ਨਹੀਂ ਖਾਸ ਗੱਲ ਇਹ ਹੈ ਕਿ ਖਰੀਦਦਾਰ ਇਸ ਲਈ ਜ਼ਿਆਦਾ ਕੀਮਤ ਦੇਣ ਲਈ ਵੀ ਤਿਆਰ ਸਨ ਮੀਡੀਆ ਰਿਪੋਰਟਾਂ ਮੁਤਾਬਕ ਉੱਤਰੀ ਕੁئینਜ਼ਲੈਂਡ ਵਿਖੇ ਲੱਗੇ ਇੱਕ ਪਸ਼ੂ ਮੇਲੇ ਵਿੱਚ 10 ਸਟਰਾ ਸੀਮਨ ਕਰੀਬ 20 ਲੱਖ ਰੁਪਏ ਵਿੱਚ ਨਿਲਾਮ ਹੋਇਆ ਦੱਸਦੀ ਹੈ ਕਿ ਇਹ ਸਟਰਾ ਇੱਕ ਤਰ੍ਹਾਂ ਦੀ ਛੋਟੀ ਪਲਾਸਟਿਕ ਦੀ ਬੋਤਲ ਵਿੱਚ ਹੁੰਦੀ ਹੈ ਜਿਸ ਵਿੱਚ ਤਰਲ ਨਾਈਟ੍ਰੋਜਨ ਦੇ ਵਿਚਕਾਰ ਥੋੜੀ ਜਿਹੀ ਮਾਤਰਾ ਵਿੱਚ ਸੀਮਨ ਰੱਖਿਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਇਹ ਸਾਨਸਾਲ 2017 ਵਿੱਚ ਪਹਿਲੀ ਵਾਰ ਸੁਰਖੀਆਂ ਵਿੱਚ ਆਇਆ ਸੀ ਉਦੋਂ ਨਿਲਾਮੀ ਵਿੱਚ ਇਹ 2 ਕਰੋੜ 68 ਲੱਖ ਰੁਪਏ ਵਿੱਚ ਵਿਕਿਆ ਸੀ ਇਸ ਨੂੰ ਰੋਜ਼ਰ ਅਤੇ ਲੋਰੇਨਾ ਜੈਫਰੀਜ਼ ਨਾਂ ਦੇ ਦੋ ਲੋਕਾਂ ਨੇ ਖਰੀਦਿਆ ਸੀ